ਲੇਕ ਮਰੀਨ ਤੋਂ 70 ਰੁਪਏ ਜੀ ਹੁਣ ਆਪਾਂ ਜਾ ਰਹੇ ਹਾਂ ਲੇਕ ਲੂਇਸ ਬੈਮ ਦੇ ਵਿੱਚ ਲੇਕ ਲੂਇਸ ਬੱਸ ਦੇ ਵਿੱਚ ਜਾ ਰਹੇ ਹਾਂ ਤੇ ਲੇਕ ਲੂਇਸ ਦਾ ਤੁਹਾਨੂੰ ਵਿਊ ਦਿਖਾਵਾਂਗੇ ਸਰ ਲਓ ਜੀ ਪਹੁੰਚ ਗਏ ਆਪਾਂ ਲੇਕ ਲੂਇਸ ਦੇਖੋ ਮੇਰਾ ਵਿਊ ਇੱਥੇ ਦਾ ਬੜਾ ਸੋਹਣਾ ਵਿਊ ਹੈ ਉਹੀ ਸੇਮ ਲੇਕ ਮਰੀਨ ਵਾਂਗੂ ਨੀਲੇ ਰੰਗ ਦਾ ਪਾਣੀ ਦੋ ਪਹਾੜਾਂ ਦੇ ਵਿਚਕਾਰ ਇਹ ਲੇਕ ਆ ਬੜੀ ਸੋਹਣੀ ਬੜੀ ਫੇਮਸ ਲੇਕ ਆ ਕੈਨੇਡਾ ਦੀ ਸਭ ਤੋਂ ਸੋਹਣੀ ਪਲੇਸ ਇਹਨੂੰ ਕਿਹਾ ਜਾਂਦਾ ਲਓ ਜੀ ਹੁਣ ਆਪਾਂ ਲੇਕ ਲੂਇਸ 'ਤੇ ਪਹੁੰਚ ਚੁੱਕੇ ਇੱਥੇ ਆਪਾਂ ਕਨੋਇੰਗ ਕਰਨ ਲੱਗੇ ਹਾਂ ਹੁਣ ਇੱਥੇ ਅੱਧੇ ਘੰਟੇ ਦੇ ਲਗਭਗ 125 ਡਾਲਰ ਨੇ ਅਤੇ ਹੁਣ ਆਪਾਂ ਦੋ ਬੋਟਾਂ ਕਰੀਆਂ ਨੇ ਬੁੱਕ ਇੱਕ 'ਚ ਤਿੰਨ ਜਣੇ ਹੋਣਗੇ ਇੱਕ 'ਚ ਦੋ ਜਣੇ ਹੋਣਗੇ ਲਓ ਜੀ ਹੁਣ ਆਪਾਂ ਕਨੋਇੰਗ ਕਰਨ ਲੱਗੇ ਹਾਂ ਸਾਰੇ ਰੈਡੀ ਨੇ ਪੂਰੇ ਹੱਥਾਂ 'ਚ ਫੜ ਲਏ ਗਏ ਬੋਟ ਚਲਾਉਣ ਵਾਲੇ ਚੱਪੂ ਲਓ ਵੀ ਕਿਹਾ ਹੋਜੋ ਰੈਡੀ ਸਾਰੇ ਕਰਾਂ ਬਾਈ ਦੇਖ ਕਿਵੇਂ ਫੜੀ ਖੜਾ ਹਾਂਜੀ ਆਪਣੇ ਨਾਲ ਦੇ ਬੰਦੇ ਆ ਰਹੇ ਨੇ ਇੰਜੋਏ ਹੋ ਰਿਹਾ ਪੂਰਾ ਲੇਕ ਲੂਇਸ ਤੇ ਕਨੋਇੰਗਾਂ ਦਾ ਵੱਖਰੀ ਨਜ਼ਾਰਾ ਜੀ ਬਿਲਕੁਲ ਸ਼ਾਮ ਦਾ ਟਾਈਮ ਹੈ ਫੁੱਲ ਇੰਜੋਏਮੈਂਟ ਹੋ ਰਿਹਾ ਜੀ ਦੇਖੋ ਕਿਰਾਂ ਲੇਕ ਲੂਇਸ ਦੇ ਕਨੋਇੰਗ ਕਰ ਰਹੇ ਹਾਂ ਪੂਰਾ ਸਵਾਦ ਆ ਰਿਹਾ ਜ਼ਿੰਦਗੀ ਦਾ ਜ਼ਿੰਦਗੀ ਦਾ ਆਨੰਦ ਲੈਣ ਆਇਆ ਜੀ ਇੱਕ ਵਾਰ ਜ਼ਿੰਦਗੀ ਮਿਲਣੀ ਆ ਨਜ਼ਾਰਾ ਲਓ ਜੀ ਪ੍ਰੋਫੈਸਰ ਲੇਖ ਜੀ ਆਪਣੇ ਨਾਲ ਦੇ ਯਾਰ ਬੇਲੀ ਕੁਲਵੰਤ ਹਰਮਨ ਦੇ ਪਿੰਦਰ ਬਾਈ ਲੇਕ ਲੂਇਸ ਦੇ ਕਨੋਇੰਗ ਦੇ ਨਜ਼ਾਰੇ ਲੈਂਦੇ ਹੋਏ ਚਿੱਲ ਕਰਦੇ ਪੂਰੇ ਐਨ ਨਜ਼ਾਰਾ ਆ ਰਿਹਾ ਹੈ ਜ਼ਿੰਦਗੀ ਦਾ ਪੂਰਾ ਆਨੰਦ ਮਾਣਦੇ ਹੋਏ ਪੂਰਾ ਲਓ ਜੀ ਕਹਿੰਦਾ ਕਨੋਇੰਗ ਆਪਾਂ ਨੇ ਕਰ ਲਈ ਆ ਜਾਓ ਮੁੰਡਿਓ ਕਿੱਦਾਂ ਵਧੀਆ ਲੱਗਾ ਏਰੀਆ ਲੇਕ ਲੂਇਸ ਦੇ ਆਪਾਂ ਜੀ ਕਨੋਇੰਗ ਕਰ ਲਈ ਐਂਡ ਪੂਰਾ ਸਵਾਦ ਆਇਆ ਅਤੇ ਹੁਣ ਆਪਾਂ ਬੈਮ ਡਾਊਨਟਾਊਨ ਚੱਲਿਆ ਆ ਜਾਓ ਲੈ ਆਪਾਂ ਹੀ ਹੁਣ
ਲੇਕ ਮਰੀਨ ਤੇ ਲੇਕ ਲੂਇਸ ਤੋਂ ਲੇਕ ਲੂਇਸ ਤੇ ਆਪਾਂ ਨੇ ਕਰੂਇੰਗ ਵਗੈਰਾ ਕੀਤੀ ਹੈ ਨਾ, ਅਤੇ ਹੁਣ ਆਪਾਂ ਜਾ ਰਹੇ ਹਾਂ ਬੈਂਫ ਵੱਲ, ਅਤੇ ਬੈਂਫ ਡਾਊਨ ਵਗੈਰਾ ਘੁੰਮਾਂਗੇ ਅਤੇ ਉੱਥੇ ਖਾਣਾ ਵਗੈਰਾ ਖਾਵਾਂਗੇ, ਅਤੇ ਉਸ ਤੋਂ ਬਾਅਦ ਅੱਜ ਆਪਾਂ ਸ਼ਾਮ ਨੂੰ ਹੀ ਕੈਲਗਰੀ ਨੂੰ ਰਵਾਨਾ ਹੋਣਾ, ਕਿਉਂਕਿ ਉੱਥੇ ਆਪਣਾ ਹੋਟਲ ਬੁੱਕ ਕਰਵਾਇਆ ਹੋਇਆ, ਅਤੇ ਕੈਲਗਰੀ ਰਹਿ ਕੇ ਆਪਾਂ ਅਗਲੇ ਦਿਨ ਫਿਰ ਕੈਲਗਰੀ ਡਾਊਨ ਵਗੈਰਾ ਘੁੰਮਾਂਗੇ, ਸਾਰਾ ਉੱਥੇ ਘੁੰਮਾਂਗੇ, ਉਸ ਤੋਂ ਬਾਅਦ ਅੱਗੇ ਤੋਂ ਸਾਰਾ ਨਾਲ ਹੀ ਦਿਖਾਈ ਜਾਵਾਂਗੇ, ਅਤੇ ਹੁਣ ਆਪਾਂ ਚੱਲੇ ਹਾਂ ਬੈਂਫ ਵੱਲ, ਬੈਂਫ ਉੱਪਰ ਰਹਿ ਗਿਆ ਬਸ 10 ਮਿੰਟ ਦੀ ਡਰਾਈਵ 'ਤੇ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਬੈਂਫ, ਅਤੇ ਲੋਕ ਫੋਟੋਆਂ ਕਰਾ ਰਹੇ ਨੇ ਇੱਥੇ। ਲਓ ਜੀ ਆਪਾਂ ਪਹੁੰਚ ਗਏ ਬੈਂਫ ਡਾਊਨ ਟਾਊਨ, ਦੇਖੋ ਜੀ ਖੂਬਸੂਰਤੀ ਫਿਰਨ ਫਿਰਦੇ ਹੋਏ। ਬੈਂਫ ਡਾਊਨ ਟਾਊਨ ਪਹੁੰਚ ਚੁੱਕੇ ਹਾਂ ਆਪਾਂ ਜੀ ਪਹਾੜਾਂ ਦੇ ਬਿਲਕੁਲ ਵਿੱਚ। ਲਓ ਜੀ ਹੁਣ ਆਪਾਂ ਬੈਂਫ ਡਾਊਨ ਟਾਊਨ ਵਿੱਚ ਘੁੰਮ ਰਹੇ ਹਾਂ, ਅਤੇ ਆਪਾਂ ਰੈਸਟੋਰੈਂਟ ਵਗੈਰਾ ਦੇਖ ਰਹੇ ਹਾਂ, ਅਤੇ ਨਾਲ ਦੇ ਨਾਲ ਬੈਂਫ ਦੇ ਡਾਊਨ ਟਾਊਨ ਗੇੜਾ ਦੇ ਰਹੇ ਹਾਂ, ਅਤੇ ਸ਼ਾਮ ਦੇ ਲਗਭਗ 1:30 ਹੋ ਚੁੱਕੇ ਨੇ। ਬੜਾ ਸੋਹਣਾ ਬੈਂਫ ਡਾਊਨ ਟਾਊਨ। ਛੋਟਾ ਜਿਹਾ ਡਾਊਨ ਟਾਊਨ ਪਰ ਬਹੁਤ ਵਧੀਆ, ਸੋਹਣੇ ਸੋਹਣੇ ਪੂਰੇ ਘਰ ਨੇ, ਸੋਹਣੇ ਸੋਹਣੇ ਰੈਸਟੋਰੈਂਟ ਇੱਧਰ ਦੇਖੋ ਮਾੜਾ ਜਿਹਾ। ਆਪਾਂ ਨੂੰ ਰੈਸਟੋਰੈਂਟ ਕੋਈ ਚੰਗਾ ਇੰਡੀਅਨ ਰੈਸਟੋਰੈਂਟ, ਇੱਥੇ ਇੰਡੀਅਨ ਟੌਪ ਦੇ 4-5 ਰੈਸਟੋਰੈਂਟ ਨੇ, ਆਪਾਂ ਦੇਖਦੇ ਹਾਂ ਜਿਹੜਾ ਤੁਹਾਨੂੰ ਪੂਰਾ ਵਧੀਆ ਲੱਗਿਆ ਵਿੱਚ ਖਾਣਾ ਖਾਣਾ। ਇੰਡੀਅਨ ਕੜੀ ਹਾਊਸ, ਇੰਡੀਅਨ ਕੜੀ ਹਾਊਸ ਮੁੰਡੇ ਨੇ ਕਰਿਆ ਸਰਚ, ਅਤੇ ਦੇਖਦੇ ਆਪਾਂ ਵਧੀਆ। ਲਓ ਜੀ ਅਸੀਂ ਹੁਣ ਬੈਂਫ ਘੁੰਮ ਲਿਆ,